ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਜ਼ਿਲ੍ਹਾ ਸਿਹਤ ਅਫਸਰ ਹੁਸ਼ਿਆਰਪੁਰ ਡਾਕਟਰ ਸੁਰਿੰਦਰ ਸਿੰਘ ਅਤੇ ਫੂਡ ਅਫਸਰ ਰਮਨਵੀਰ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੀਆਂ ਕੰਟੀਨਾਂ ਤੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਡਾਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਕਾਲਜਾਂ ਦੀਆਂ ਕੰਟੀਨਾਂ 'ਚ ਮਿਆਦ ਪੁੱਗੀਆਂ ਖਾਣ ਪੀਣ ਦੀਆਂ ਵਸਤੂਆਂ ਮਿਲ ਰਹੀਆਂ ਹਨ ਤੇ ਸਾਫ਼ ਸਫ਼ਾਈ ਦਾ ਵੀ ਬਹੁਤ ਮਾੜਾ ਹਾਲ ਹੈ। ਜਿਸ ਤੋਂ ਬਾਅਦ ਜਦੋਂ ਇਹਨਾਂ ਕੰਟੀਨਾਂ ਦੀ ਚੈਕਿੰਗ ਕੀਤੀ ਗਈ ਤਾਂ ਕਿਸੇ ਵੀ ਕੰਟੀਨ ਵਾਲੇ ਕੋਲ ਫੂਡ ਲਾਇਸੈਂਸ ਨਹੀਂ ਸੀ, ਜਦਕਿ ਸਰਕਾਰੀ ਕਾਲਜ ਦੀ ਕੰਟੀਨ ਦੀ ਚੈਕਿੰਗ ਦੌਰਾਨ ਤਾਂ ਬਹੁਤ ਹੀ ਮਾੜਾ ਹਾਲ ਸੀ। ਸਫਾਈ ਬਿਲਕੁਲ ਨਹੀਂ ਸੀ ਤੇ ਵਿਦਿਆਰਥੀਆਂ ਨੂੰ ਉਹੀ ਨਾ ਖਾਣ ਯੋਗ ਖਾਣਾ ਦਿੱਤਾ ਜਾ ਰਿਹਾ ਸੀ। ਇਸ ਮੌਕੇ ਉਹਨਾਂ ਸਾਰੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਸ ਅਤੇ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਜਿੰਨੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਬਣਦੀ ਹੈ, ਉਨੀ ਜ਼ਿੰਮੇਵਾਰੀ ਕਾਲਜ ਮੈਨੇਜਮੈਂਟ ਦੀ ਵੀ ਬਣਦੀ ਹੈ ਕਿ ਉਹ ਬਿਨਾਂ ਰਜਿਸਟ੍ਰੇਸ਼ਨ ਦੇ ਕੰਟੀਨਾਂ ਠੇਕੇ ਤੇ ਨਾ ਦੇਣ। ਅੱਜ ਅੰਡਰ ਤੰਦਰੁਸਤ ਮਿਸ਼ਨ ਪੰਜਾਬ ਦੇ ਅੰਡਰ ਸਿਹਤ ਵਿਭਾਗ ਨੇ ਵੱਖ ਵੱਖ ਕਾਲਜ ਦੀ ਕੰਟੀਨਾਂ ਦੇ ਸਕੂਲਾਂ ਦੀਆਂ ਕੰਟੀਨਾਂ 'ਤੇ ਛਾਪੇਮਾਰੀ ਕੀਤੀ ਹੈ, ਕਿਉਂਕਿ ਇਹ ਸੀਗਾ ਕਿ ਜਿਹੜਾ ਤੇਲ ਵਰਤਦੇ ਆ ਉਹਦੇ ਵਿੱਚ ਹੀ 3-4 ਵਾਰੀ ਫਰਾਈ ਕਰਕੇ ਜਿਹੜਾ ਘਟੀਆ ਕਿਸਮ ਦਾ ਤੇਲ ਸੀਗਾ ਉਹਦੇ ਵਿੱਚ ਦੁਆਰਾ ਫਰਾਈ ਕਰੀ ਜਾਂਦੇ ਸੀ। ਵਿਦ ਦਾ ਰਿਜ਼ਲਟ ਕਿ ਟਰਾਂਸ ਫੈਟ ਜਿਹੜੇ ਕਿ ਫੈਟ ਸਿਹਤ ਲਈ ਬਹੁਤ ਹਾਨੀਕਾਰਕ ਆ, ਉਹ ਮਤਲਬ ਆਮ ਜਨਤਾ ਜਿਹੜੇ ਖਾਂਦੇ ਸੀ ਉਹਨਾਂ 'ਚ ਕੰਜ਼ਿਊਮ ਕਰਦੇ ਸੀ। ਔਰ ਦੇਖਣ 'ਚ ਇਹ ਆਇਆ ਕਿ ਬਹੁਤ ਸਾਰੇ ਮਰੀਜ਼ ਜਿਵੇਂ ਕਿ ਬਲੱਡ ਪ੍ਰੈਸ਼ਰ, ਕੈਂਸਰ, ਇੱਦਾਂ ਦੀਆਂ ਮਤਲਬ ਨੋਨ ਕਮਿਊਨੀਕੇਬਲ ਡਿਜ਼ੀਜ਼ ਜਿਹੜੀਆਂ ਉਹਨਾਂ ਦੇ ਮਰੀਜ਼ ਬਣਦੇ ਜਾ ਰਹੇ ਆ। ਸੋ ਇਹ ਅੱਜ ਮਤਲਬ ਅਵੇਅਰਨੈਸ ਦੇਣ ਕਰਕੇ ਕਿ ਕੋਈ ਵੀ ਜਿਹੜਾ ਤੇਲ ਆ ਉਹਦੇ ਵਿੱਚ ਸਿਰਫ 3 ਵਾਰ ਤੋਂ ਵੱਧ ਫਰਾਈ ਨਾ ਕੀਤਾ ਜਾਵੇ। ਜਿਹੜੀਆਂ ਡੀਪ ਫਰਾਈਡ ਚੀਜ਼ਾਂ ਖਿਲਾਉਂਦੇ ਆ ਜਿਵੇਂ ਕਿ ਸਮੋਸੇ ਹੋਏ, ਪਕੌੜੇ ਹੋਏ ਜਾਂ ਕੁਛ ਵੀ ਘਟੀਆ ਕੁਆਲਿਟੀ ਦੇ ਤੇਲ 'ਚ, ਉਹ ਵੱਖ ਵੱਖ ਕਿਸਮ ਦੀਆਂ ਬਿਮਾਰੀਆਂ ਮਤਲਬ ਪ੍ਰੋਡਿਊਸ ਕਰਦੀਆਂ। ਵਿਦ ਦਾ ਰਿਜ਼ਲਟ ਕਿ ਹਾਈਪਰਟੈਂਸ਼ਨ ਦੇ ਕੇਸਿਸ ਇੰਨੇ ਹੋ ਚੁੱਕੇ ਆ, ਤੁਸੀਂ ਦੇਖੋ ਕਿ ਕਿਸੇ ਵੀ ਹਸਪਤਾਲਾਂ 'ਚ ਜਾਓ ਲੋਕਾਂ ਦੇ ਮਤਲਬ ਭਰੇ ਪਏ ਆ ਦੇ ਹਾਰਟ ਦੇ ਮਰੀਜ਼ ਨੂੰ। ਉਹਦੇ ਸਫਾਈ ਵੱਲੋਂ ਵੀ ਦੇਖਿਆ ਗਿਆ ਜਿਹਦੀ ਪ੍ਰੋਬਲਮ ਆਈ ਹੈ, ਕੀ ਉਹਨਾਂ ਦੇ ਕਾਰਵਾਈ? ਹਾਂ ਬਿਲਕੁਲ, ਜਿਹੜੀਆਂ ਕੰਟੀਨਾਂ ਵੱਖ ਵੱਖ ਕੰਟੀਨਾਂ 'ਚ ਜਾ ਕੇ ਦੇਖਿਆ ਉੱਥੇ ਬਿਲਕੁਲ ਹਾਈਜੀਨ ਕੰਡੀਸ਼ਨ ਜਿਹੜੀਆਂ ਸੈੱਟ ਨਹੀਂ ਹੈਗੀਆਂ, ਠੀਕ ਨਹੀਂ ਆ। ਵਾਰ ਵਾਰ ਕਹਿਣ ਦੇ ਵੀ ਕਿ ਸਿਰ 'ਤੇ ਕੈਪ ਲਾਇਆ ਜਾਵੇ, ਹੱਥਾਂ 'ਤੇ ਗਲਵਸ ਲਾਏ ਜਾਣ, ਡਸਟਬਿਨ ਰੱਖਿਆ ਜਾਵੇ, ਇੱਕ ਬਹੁਤ ਵਧੀਆ ਸਾਫ਼ ਸੁਥਰਾ ਮਾਹੌਲ ਬੱਚਿਆਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਇਹ ਜਿਹੜੀਆਂ ਨੋਨ ਕਮਿਊਨੀਕੇਬਲ ਡਿਜ਼ੀਜ਼ ਵਗੈਰਾ ਹੈਗੀਆਂ ਉਹਨਾਂ ਤੋਂ ਸਫ਼ਰ ਨਾ ਕਰਨ।